ਗੱਲ ਦੋਸਤੋ, ਮੈਂ ਸੁਖਦੇਵ ਢਿੱਲੋਂ, ਟਰੈਵਲਰ ਸੁਖਦੇਵ ਢਿੱਲੋਂ ਯੂਟਿਊਬ ਤੋਂ ਤੁਸੀਂ ਮੇਰੇ ਵਲੌਗ ਦੇਖਦੇ ਰਹਿੰਦੇ ਹੋ ਅਤੇ ਅੱਜ ਅਸੀਂ ਚੱਲੇ ਹਾਂ, ਤਰੀਕ ਹੈ 6/4/2023 ਅਤੇ ਅੱਜ ਅਸੀਂ ਚੱਲੇ ਹਾਂ ਤੀਰਥਨ ਵੈਲੀ GP 3 ਨਾਈਟ ਰੋ 4 ਡੇ ਦਾ ਟੂਰ ਹੈ ਸਾਡਾ ਮੌਜੀ ਗਰੁੱਪ 6 ਬੰਦੇ ਹਾਂ ਅਸੀਂ ਟੋਟਲ ਜਾ ਰਹੇ ਹਾਂ। 5 ਵੱਜ ਗਏ ਸਵੇਰ ਦੇ ਅਤੇ 5 ਵਜੇ ਅਸੀਂ ਬਠਿੰਡਾ ਤੋਂ ਤੁਰ ਲੱਗੇ ਹਾਂ। ਹਾਂਜੀ, ਕਿੱਧਰ ਹੈ ਤੇਰੀ? ਹਾਂਜੀ, ਕਿੱਧਰ ਨੂੰ ਜਾ ਰਿਹਾ? ਆਪਣਾ ਤੀਰਥਨ ਵੈਲੀ। ਓ ਬੱਲੇ ਬੱਲੇ, ਬਾਜੀ ਗਰੁੱਪ? ਹਾਂਜੀ ਹਾਂਜੀ। ਦੋਸਤੋ, ਚੱਲੇ ਸੀ ਅਸੀਂ ਤੀਰਥਨ ਵੈਲੀ ਮੌਜੀ ਗਰੁੱਪ ਟ੍ਰਿਪ। ਹਵਾ ਚੈੱਕ ਕਰਾ ਰਹੇ ਸੀ ਬਰਨਾਲਿਓ। ਬਹੁਤ ਸੋਹਣਾ ਮੌਸਮ ਹੈ, ਹਸੀਨ, ਕਿਆ ਬਾਤ ਹੈ। ਆਹ ਹੋ ਗਈ ਹਵਾ ਪੂਰੀ ਓਕੇ। ਝੰਡੇ ਝੂਲਦੇ ਹੋਏ ਓਕੇ। ਬਹੁਤ ਅੱਛਾ ਲੱਗਿਆ ਜੀ, ਸੈਲੂਟ ਟੂ ਯੂ। ਦੇਖੋ, ਲਟਰੀ ਬੰਦੇ ਲਟਰੀ ਹੁੰਦੇ ਆ, ਸਾਨੂੰ ਤੇਰੀ ਪ੍ਰੈਜੈਂਸ ਪ੍ਰਾਈਜ਼ਸ ਰੜਕ ਰਹੀ ਹੈ। ਐਬਸੈਂਟ ਐਬਸੈਂਟ ਇਹ ਮੈਂ ਇਸ ਕਰਕੇ ਸ਼ਾਮ ਐਬਸੈਂਟ ਰੜਕ ਰਹੀ ਹੈ। ਐਬਸੈਂਟ ਨਹੀਂ, ਐਬਸੈਂਸ ਰਹਿ ਗਿਆ ਭਾਈ, ਆ ਰੜਕ ਰਹੀ ਹੈ ਤੇ ਪ੍ਰੈਜੈਂਸ ਬਸ ਰੜਕਣਾ ਅੱਛੀ ਗੱਲ ਹੁੰਦੀ ਮਹਿਸੂਸ ਹੋ ਰਹੀ ਹੈ। ਪਤਾ ਕੀ ਹੈ, ਜਿਹੜਾ ਇਹ ਆਨਲਾਈਨ ਤੇ ਆਫਲਾਈਨ ਦਾ ਕੰਮ ਹੈ ਨਾ, ਉਹਨਾਂ ਵਿੱਚ ਤੇਰੀ ਪ੍ਰੈਜੈਂਸ ਵੀ ਹੈ, ਤੇਰੀ ਐਬਸੈਂਸ ਹੋ ਰਹੀ ਹੈ। ਹਾਂਜੀ, ਰੜਕਣਾ ਉਹ ਨਹੀਂ, ਨੋਟਸ ਨੋਟਿਸ ਹੋ ਰਹੀਆਂ ਨੇ। ਮਾਨ ਸਾਹਿਬ ਤਾਂ ਬਥੇਰੇ ਨੇ, ਗਾਉਣ ਵਾਲੇ ਘੱਟ ਹੈ, ਮਾਨ ਬਥੇਰੇ ਹੈ। ਤੇ ਤੂੰ ਸਾਡਾ ਮੁੱਖ ਮਹਿਮਾਨ ਨਹੀਂ ਆਇਆ ਨਾ, ਇਹ ਗੱਲ ਅੱਛੀ ਨਹੀਂ ਹੈ। ਮੈਨੂੰ ਯਾਰ ਮੇਰੇ ਜਾਪ ਦੇ ਖੁਦਾ ਵਰਗੇ, ਅਸੀਂ ਰੂੜੀਆਂ ਤੇ ਉੱਲੇ ਉੱਗੇ ਹੋਏ, ਫੁੱਲ ਹੀ ਸਹੀ ਫੁੱਲ ਹੀ ਸਹੀ, ਅਸੀਂ ਰੂੜੀਆਂ ਤੇ ਉੱਕੇ ਹੋਏ, ਫੁੱਲ ਹੀ ਸਹੀ ਫੁੱਲ ਹੀ ਸਹੀ, ਉਹ ਜਾਪਦੇ ਨੇ ਕੱਤੇ ਦੀ ਦੁਆ ਕਪਾ ਵਰਗੇ, ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ, ਕਿਸੇ ਅੱਲਾ ਦੇ ਫਕੀਰ ਦੀ
मुर्दे दी सजरी सवावर गे ओ किसे अल्लाह दे फकीर दी दुआवर गे मैनू यार मेरे जाप दे खुदावर गे क्रैपिंग करो जी वाह वाह सज्जन सज्जन हिमाचल च बैठे दिस दे ओहो सारे मैनू जापदे ने सावर गे मैनू यार मेरे जापदे खुदावर गे साडा यार बैठा बठिंडे विच सानू लगदा वाह वरगा बहुत अच्छा बंदे बहुत अच्छा बहुत अच्छा लव यू भाई 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 बेगा साहब हाँ जी सर कविता ठीक है अपनी थान से मैं नज़ारा लिया तुम कमाल ही करती पर पैसे माफ नहीं होने सामने हेडमास्टर साहब बैठे है ठीक है प्रिंसिपल साहब भी नाल है मैं जुर्माना माफी की अर्जी लिख के भेजूंगा कि ना भाई ना नहीं सब कुछ माफ कर देंगे पैसे नहीं माफ कर दे भाई अच्छा ये सब देनी पड़ी है आज रात तेरा आड़ी ना थी जा ये भी आ गया ये ना गल कर रहे कि माफ चल कई बार होंगे भी मैं पाया जाना वापस नहीं होंगी गई मैं मनना पैना देखो परमेश्वर दो जने उत्ते हो गए अपना सत्त जने हो गए ना मते च पांच परमेश्वर तो माफ करा लेंगे चल कोई नी गल उदो बाद मैं मान फोन ला लिया मान साहब ने कहना चार गाला वह गाला हूँ मैनू नहीं आईया तेन ही आईया वो जिम्मे मर्जी झल ला जुर्माना का पैना ही गाला बखरना माड़ी होगी टोपी तो मेरी चंगी हैगी है मैं गला नहीं हो रहा मैं बंदा बहुत चंगा पैसे नहीं छोड़ता सत श्री अकाल दोस्तों तुम देख रहे हो तीर्थन वैली रिवर असं आए हुए हैं तीर्थन वैली ट्रिप से मौजूद रो तो मैं तुम्हें दिखा रहा हूँ तीर्थन वैली रिवर के पानी की खुराक के पहाड़ा का हुसन
ਨੀਥਨ ਵੈਲੀ ਟ੍ਰਿਪ ਚੱਲ ਰਿਹਾ ਪੁੱਲ 'ਤੇ ਖੜ੍ਹੇ ਮੱਛੀਆਂ ਫੜਨ ਦੀ ਬਿਉਂਤ ਬੰਦੀ ਚੱਲ ਰਹੀ ਹੈ ਟਰਾਊਟ ਫਿਸ਼ ਬੀਜ ਪਾਇਆ ਓਕੇ ਫਿਰ ਉਹਨੇ ਆਪਦੇ ਖਾਣ ਵਾਸਤੇ ਤਿਆਰ ਕੀਤੀਆਂ ਸੋ ਇਸ ਕਰਕੇ ਡਰਾਊਟ ਫਿਸ਼ ਜਿਹੜੀ ਹੈ ਉਹ ਇਸੇ ਦਰਿਆ 'ਚ ਮਿਲਦੀ ਹੈ ਤੀਰਥਨ ਰਿਵਰ 'ਚ ਆਸੇ ਪਾਸਾ ਇੰਨਾ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਬਣਾਉਣ ਦਾ ਢੰਗ ਸਹੀ ਹੋਵੇ ਬਣਾਉਣਾ ਨਹੀਂ ਇਹਨਾਂ ਨੂੰ ਆਈ ਅਦਰਵਾਈਜ਼ ਫਿਸ਼ ਫਰੈਸ਼ ਹੈ ਓਕੇ ਔਰ ਵਧੀਆ ਹੈਗੀ ਵਰਾਇਟੀ ਹੈ ਉਹ ਨੋ ਫੈਟ ਹੈ ਉਹਦੇ 'ਚ ਠੀਕ ਹੈ ਹਾਂ ਸੋ ਬਹੁਤ ਅੱਛਾ ਪ੍ਰੋਟੀਨ ਹੈ ਠੀਕ ਹੈ ਸੋ ਜੇਕਰ ਆ ਆਲੂ ਬੁਖਾਰਿਆਂ ਦੇ ਬਾਗ ਦੇ ਵਿੱਚ ਜਿਹੜਾ ਹੈਗਾ ਤੀਰਥਨ ਰਿਵਰ ਵਹਿੰਦਾ ਹੋਵੇ ਅਤੇ ਵਿੱਚ ਮੱਛੀਆਂ ਹੋਣ ਹਾਂ ਇੱਦੋਂ ਵੱਧ ਖੂਬਸੂਰਤੀ ਨਹੀਂ ਹੋ ਸਕਦੀ ਸੋ ਉਹ ਸਾਹਮਣੇ ਮੇਰੇ ਆਲੂ ਫਰਨਾ ਬਾਗ ਹੈ ਨਾ ਜੀ ਆਲੂ ਫਰੇ ਦੇ ਨੇ ਆਲੂ ਫਰੇ ਅੱਛਾ ਇਹਦੇ ਦੇਖਿਆ ਜੀ ਅਸੀਂ ਉਹ ਹਰੇ ਮਟਰ ਬਹੁਤ ਜ਼ਿਆਦਾ ਅੱਛਾ ਜੌਂ ਵਿੱਚ ਜਿਵੇਂ ਜੌਂ ਦੇ ਵਿੱਚ ਮਟਰ ਵੀ ਖੜੇ ਆ ਅਤੇ ਗੰਢੇ ਲਾਏ ਗੰਢੇ ਬੜੇ ਵਧੀਆ ਹੋਏ ਹੋਏ ਆ ਮਲਟੀ ਕ੍ਰੋਪ ਕਰਦੇ ਨੇ ਹਾਂ ਥਾਂ ਥੋੜ੍ਹਾ ਹੁੰਦਾ ਨਾ ਉਹਦੇ ਵਿੱਚ ਮਲਟੀ ਕ੍ਰੋਪ ਕਰਦੇ ਵਿੱਚ ਉਹ ਫਲਾਂ ਵਾਲੇ ਬੂਟੇ ਲੱਗੇ ਆ ਥੱਲੇ ਉਹ ਦੂਜੇ ਆਪਣੇ ਮੌਜੀ ਗਰੁੱਪ ਹਾਂਜੀ ਤੀਰਥਨ ਮੇਰੀ ਟ੍ਰਿਪ 'ਤੇ ਚੱਲ ਰਿਹਾ ਤੀਰਥਨ ਰਿਵਰ ਦੇ ਕੰਢੇ 'ਤੇ ਸੈਰ ਸਪਾਟੇ ਚੱਲ ਰਹੇ ਨੇ ਟਰਾਊਟ ਫਿਸ਼ ਫੜਨ ਦੀਆਂ ਬਹੁਤ ਬੰਦੀਆਂ ਪਹਿਲਾਂ ਮਨਦੀਪ ਨੇ ਕਾਫੀ ਝੋਲਾ ਭਰ ਲਿਆ ਇੱਕ ਅਤੇ ਤੀਰਥਨ ਵੈਲੀ ਰਿਵਰ ਤੁਹਾਡੇ ਸਾਹਮਣੇ ਦੇਖ ਸਕਦੇ ਮੌਜੀ ਗਰੁੱਪ ਤੀਰਥਨ ਵੈਲੀ ਟ੍ਰਿਪ ਟਹਿਲਦੇ ਹੋਏ ਮੌਜੀ ਗਰੁੱਪ ਇੰਜੋਏ ਲਾਈਫ ਅਤੇ ਜ਼ਿੰਦਗੀ ਜ਼ਿੰਦਾਬਾਦ ਸਭ ਤੋਂ ਵੱਡਾ ਰੌਲਾ ਇਹ ਪੈ ਗਿਆ ਕਿ ਰਵਿੰਦਰ ਮਾਨ ਤੇ ਸੁਰਿੰਦਰ ਮਾਨ ਮੱਛੀ ਪਿੱਛੇ ਲੜ ਪਏ ਮੱਛੀ ਆਹ ਕੀ ਹੈ ਇਹ ਬਣਾਇਆ ਬਹੁਤ ਸੋਹਣੀ ਲੋਕੇਸ਼ਨ ਦੋਸਤੋ ਪਹਾੜਾਂ ਦੇ ਵਿੱਚ ਇੱਧਰੋਂ ਵੇਖ ਸਕਦੇ ਹੋ ਤੀਰਥਨ ਵੈਲੀ ਪੰਚਾਇਤ ਘਰ ਕੰਡੀ ਧਾਰ ਦੇਖ ਸਕਦੇ ਦਿਖਾਉਣੇ ਤੁਹਾਨੂੰ ਸਾਡਾ ਬੰਦਾ ਕਹਿੰਦਾ ਉੱਪਰ ਜਾ ਕੇ ਦੇਖਣਾ ਪੰਚਾਇਤ ਘਰ ਲਓ ਵੀ ਦੋਸਤੋ ਤੁਹਾਨੂੰ ਦਿਖਾ ਦਈਏ ਇਹ ਹੈ ਪੰਚਾਇਤ ਘਰ ਕੰਡੀ ਧਾਰ ਪਹਾੜਾਂ ਦੇ ਵਿੱਚ ਸੁੰਦਰ ਵਾਦੀਆਂ ਆਲੂ ਬੁਖਾਰੇ ਦੇ ਬਾਗ ਟਰੈਕਟਰ ਵੀ ਹੈ ਉਹ ਖੜਾ ਵਿੱਚ ਬਾਗਾਂ ਦੇ ਵਾਹੁਣ ਵਾਲਾ ਟਰੈਕਟਰ ਅਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੱਥੇ ਆਹੀ ਸੀ ਨਾ ਆਪਣਾ ਗੱਡੀਆਂ ਵਾਲਾ ਕਿ ਹੋਰ ਆ ਉਹ ਆਪਣਾ ਥੱਲੇ ਆਪਣਾ ਹੋਰ ਸਾਈਡ 'ਤੇ ਆ ਜਾਓ ਆਹ ਕੀ ਚੀਜ਼ ਹੈ ਅੱਛਾ ਕਟਿੰਗ ਕਰਕੇ ਜਿਹੜਾ ਘਾਹ ਹੈ ਉਹ ਰੱਖਿਆ ਜਾਂਦਾ ਦੋਸਤੋ ਤੀਰਥਨ ਵੈਲੀ ਟ੍ਰਿਪ ਤੇ ਪਹੁੰਚਿਆ ਹੋਇਆ ਮੌਜੀ ਗਰੁੱਪ ਤੇ ਸਾਹਮਣੇ ਤੁਹਾਨੂੰ ਵਿਖਾ ਰਹੇ ਹਾਂ ਜਿਹੜਾ ਇਹ ਘਾਸ ਘਾਹ ਜਮ੍ਹਾਂ ਕੀਤਾ ਹੋਇਆ ਇਹ ਸਰਦੀ ਰੁੱਤ ਲਈ ਜਦੋਂ ਇੱਥੇ ਚਾਰੇ ਪਾਸੇ ਬਰਫ ਜਮ੍ਹਾਂ ਹੋ ਜਾਂਦੀ ਹੈ ਉਹਦੇ ਲਈ ਇਹ ਜਮ੍ਹਾਂ ਕਰਦੇ ਆ ਇਹ ਘਾਹ ਫਿਰ ਸਰਦੀਆਂ 'ਚ ਪਸ਼ੂਆਂ ਦੇ ਕੰਮ ਆਉਂਦਾ ਅਸੀਂ ਪੁੱਛਿਆ ਇੱਥੋਂ ਲੋਕਲ ਤੋਂ ਇਹ ਲੋਕਲ ਵਾਲੇ ਇਹਨਾਂ ਨੇ ਸਾਰੀ ਗੱਲ ਦੱਸੀ ਹੈ ਮਕਾਨ ਇਹਨਾਂ ਦਾ ਕੌਣ ਸਾ ਜੇ ਘਾਸ ਸਰਦੀ ਰੁੱਤ ਕੇ ਲਈ ਪਸ਼ੂਆਂ ਕੇ ਲਈ ਜਮ੍ਹਾਂ ਕੀਆ ਗਿਆ ਹੈ ਜੇ ਪੰਚਾਇਤ ਘਰ ਹੈ ਵੈਰੀ ਬਹੁਤ ਬਹੁਤ ਅੱਛੇ ਓਕੇ ਸਰ ਓਕੇ ਓਕੇ ਵੈਰੀ ਗੁੱਡ ਸਰ ਕਿਆ ਆਲੂ ਬੁਖਾਰੇ ਕੇ ਬਾਗ
आलू बुखारे का सीजन कब होता है? जून में। ठीक है ठीक है ठीक है सर। ठीक क्या नाम सर आपका? ओके सर वेरी गुड, बहुत अच्छा जी, बहुत बहुत अच्छा एनवायरमेंट है। थैंक यू सर। ये साढ़े मनदीप ने पूरी इनफॉरमेशन इकट्ठी कर ली ते कहंदा भी इत्थे अगली बारी जिहड़ा हैगा आलू बुखारे दा ठेका आपां ही लैणा जे ए जिहड़ा हैगा एक घर है इन्हां दी प्रॉपर्टी सारी ते ए मालिक है। ओके ते इन्हां दा जिहड़ा होटल ते असीं रह रहे आ इन्हां दस्सिया भी 2 साल असीं पहलां चलाउंदे रहे आ पर हुण काम ज्यादा हो जांदा इन्हां दा। ओके क्योंकि खेती दा आलू बुखारे दा हो जांदा है इस करके इन्हां ने लीज ते आ सारी प्रॉपर्टी है नदी दे जिहड़ी रिवर हैगी तीर्थ ने इन्हां दी है सारी कहिंदे साडी है इह आलू बुखारे दे बगीचे भी इन्हां दे सारे जून च कहिंदे तैयार हुंदा है ना ये बाग पूरे बहार ते हुंदा आपदे आ जून च। दोस्तों आलू बुखारे दे बूटे आ तुसीं देख सकदे हो मनदीप इनफॉर्मेशन इकट्ठे कर दी है ना भाई। बाकी अगे मिलदे आ दोस्तों फिर। हाँ सत श्री अकाल जी। हाँ गाँव है जी मूंगला। बंदे किधर चढ़े फिरदे ए लोकां दे घरां च किधर बड़ी फिरदे तुसीं?